ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਹਿਲਾ ਚੌਣਵੀਆਂ ਖਬਰਾਂ ਭਗਵਾਨਪਤ ਮਾਨ ਨੇ ਖੇਰਾ ਨੂੰ ਮੋਦੀ ਕਰਾ ਦਿੱਤਾ ਨੌਜਵਾਨਾਂ ਨਾਲ ਕਟਮਰ ਮਾਮਲੇ ਤੇ ਖੇਰਾ ਤੇ ਚੀਮਾ ਪੰਚੇ ਹਸਪਤਾਲ ਖੇਰਾ ਟੜੇ ਵੱਲੋਂ ਹਾਈ ਕਮਾਂਡ ਨਾਲ ਨਜਿੱਠਣ ਲਈ ਨਵੀਂ ਯੋਜਨਾ ਲਾਗੂ ਆਮ ਆਦਮੀ ਪਾਰਟੀ ਦੇ 30 ਤੋਂ ਵੱਧ ਅਹੁਦੇਦਾਰਾਂ ਦੇ ਅਸਤੀਫੇ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਾਂਗਰਸ ਦੇ ਰਾਜਦਾਨ ਮਜ਼ਬੂਤ ਹੋਈ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਅੰਦਰ ਅਫੀਮ ਦੀ ਖੇਤੀ ਕਰਨ ਦੀ ਮੰਗ ਮੁੜ ਉੱਠੀ ਵਿਸ਼ਾਲ ਸਿੰਘ ਕੋਲਿਆਂਵਾਲੀ ਨੂੰ 13 ਦਸੰਬਰ ਤੱਕ ਗ੍ਰਿਫਤਾਰ ਕਰਨ ਦੀ ਕਾਰਵਾਈ ਤੇ ਰੋਕ ਲੱਗੀ ਰਾਹਤ ਮਿਲੀ ਸੁਖਬੀਰ ਬਾਦਲ ਨੇ ਦਿੱਲੀ ਵਿੱਚ ਬੁਲਾਈ ਰਾਜ ਸਭਾ ਵਿੱਚ ਅਕਾਲੀ ਦਲ ਦੇ ਪਰਲਮੈਂਟਨ ਦੀ ਮੀਟਿੰਗ ਰਾਹੁਲ ਗਾਂਧੀ ਦੇ ਬਿਆਨ ਤੇ ਸ਼ਿਮਰਤੀ ਇਰਾਨੀ ਨੇ ਕੀਤਾ ਪਲਟਵਾਰ ਡੀਐਮਕੇ ਦੇ ਪ੍ਰਧਾਨ ਕਰਨਾ ਨਦੀ ਦਾ ਹੋਇਆ ਦਿਹਾਂਤ ਹੁਣ ਖਬਰਾਂ ਦੀ ਵਿਸਥਾਰ ਜੀ ਦੋਸਤੋ ਨਿੰਦਰ ਕੁਗਿਆਣੀ ਬਦੋ ਸਤਿ ਸ੍ਰੀ ਅਕਾਲ ਕਰੋ ਪ੍ਰਵਾਣ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਖਬਰਾਂ ਅਕਾਲੀ ਦਲ ਤੇ ਭਾਜਪਾ ਫਿਰ ਤੋਂ ਕੁੜਤਨ ਭਰੇ ਦਿਨ ਚੱਲਣ ਲੱਗੇ ਨੇ ਤਾਜ਼ਾ ਜਾਣਕਾਰੀ ਅਨੁਸਾਰ ਭਾਜਪਾ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਲਈ ਅਕਾਲੀ ਦਲ ਵੱਲੋਂ ਧੜੇ ਬੜੇ ਮਾਣ ਨਾਲ ਦਾਅਵੇ ਨਾਲ ਦੋ ਨਾਮ ਭੇਜੇ ਸਨ ਅਕਾਲੀ ਧੜੇ ਦੇ ਨਾਮਾਂ 'ਚ ਇੱਕ ਨਾਮ ਸੁਖਦੇਵ ਸਿੰਘ ਢੀਂਡਸਾ ਦਾ ਸੀ ਦੂਜਾ ਨਾਮ ਨਰੇਸ਼ ਗੁਜਰਾਲ ਦਾ ਸੀ ਭਾਜਪਾ ਨੇ ਇਹਨਾਂ ਦੋਵਾਂ ਵਿੱਚੋਂ ਕੋਈ ਨਾਮ ਪ੍ਰਵਾਨ ਨਹੀਂ ਕੀਤਾ ਇਸ ਨੂੰ ਲੈ ਕੇ ਕਾਲੀ ਆਈ ਕਮਾਨ ਨਾਰਾਜ਼ ਹੋਈ ਹੈ ਔਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲਾ ਸਮੂਹ ਤੇ ਪਾਰਟੀ ਦੇ ਸੀਨੀਅਰ ਕਾਲੀ ਨੇ ਤਾਵਨ ਨਾਲ ਵਿਚਾਰਾ ਕਰ ਰਹੇ ਨੇ ਜੇ ਗੱਲ ਕਿਸੇ ਤਣ ਪਤਣ ਨਾਲ ਲੱਗੀ ਤਾਂ ਹੋ ਸਕਦਾ ਹੈ ਕਾਲੀ ਦਾ ਲਾਉਣ ਵਾਲੇ ਦਿਨੀ ਰਾਜ ਸਭਾ ਚੋਪ ਸਭਾਪਤੀ ਲਈ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਨਾਂ ਦਾ ਬਾਈਕਾਟ ਹੀ ਕਰ ਦਵੇ ਅੱਜ ਭਗਵੰਤ ਮਾਨ ਨੇ ਆਖਿਆ ਕਿ ਸੁਖਪਾਲ ਸਿੰਘ ਖੈਰਾ ਨੂੰ ਆਪਣੀ ਕੁਰਸੀ ਖੋਸਣ ਦੀ ਪੀੜ ਹੈ ਜਦ ਤੱਕ ਖੈਰਾ ਵਿਰੋਧੀ ਧਿਰ ਦੇ ਨੇਤਾ ਸਨ ਤਦ ਤੱਕ ਉਹਨਾਂ ਨੇ ਇਹ ਸਵਾਲ ਨਹੀਂ ਉਠਾਏ ਹੁਣ ਉਹ ਸਵਾਲ ਤੇ ਸਵਾਲ ਦਾਗੀ ਜਾ ਰਹੇ ਨੇ ਭਗਵੰਤ ਮਾਨ ਕਹਿੰਦਾ ਕਿ ਖੈਰਾ ਨੂੰ ਵਾਧੂ ਦੀ ਹਮਦਰਦੀ ਲੈ ਰਿਆ ਖੈਰਾ ਲੋਕਾਂ ਤੋਂ ਉਹਨਾਂ ਕਹੇ ਕਿ ਖੈਰਾ ਐਨਰਾਈਜ਼ ਨੂੰ ਵੀ ਮੂਰਖ ਬਣਾ ਰਿਹਾ ਹੈ ਭਗਵੰਤ ਨੇ ਕਿਹਾ ਕਿ ਕਮਰਸੰਧੂ ਤੇ ਖੈਰਾ ਨੂੰ ਸੱਚ ਸੁਣਨ ਦੀ ਆਤ ਨਹੀਂ ਤੇ ਦੋਵੇਂ ਚਿਕਨੀਆਂ ਗੱਲਾਂ ਕਰਕੇ ਪਾਰਟੀ ਦੇ ਵਿਧਾਇਕਾਂ ਨੂੰ ਫਸਾ ਰਹੇ ਨੇ ਅੱਜ ਖੈਰਾ ਧੜੇ ਵੱਲੋਂ ਆਮ ਆਦਮੀ ਪਾਰਟੀ ਦੀ 8 ਜਮਾ 8 ਮੈਂਬਰੀ ਅਡਹਾਕ ਪੀਏਸੀ ਦਾ ਐਲਾਨ ਕਰ ਦਿੱਤੇ ਜਾਣ ਦੀ ਖਬਰ ਹੈ ਬਠਿੰਡੇ ਤੋਂ ਰਿਪੋਰਟ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਆਗੂ ਦੇ ਹਰਪਾਲ ਸਿੰਘ ਚੀਮਾ ਨੇ ਮਜੀਠੀਆ ਮੁਲਾਕਾਤ ਮਾਮਲੇ ਤੇ ਬਾਗੀ ਨੇਤਾ ਸੁਖਪਾਲ ਖੈਰਾ ਉੱਪਰ ਉਂਗਲ ਠਾਈ ਹੈ ਐਡਵੋਕੇਟ ਚੀਮਾ ਕਹਿੰਦਾ ਹੈ ਕਿ ਸੁਖਪਾਲ ਸਿੰਘ ਖੈਰਾ ਸਪਸ਼ਟ ਕਰੇ ਉਹਨਾਂ ਦਾ ਕੱਲ ਹੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨਾਲ ਬਠਿੰਡਾਰ ਵਾਲੀ ਤੋਂ ਪਹਿਲਾਂ ਮੁਲਾਕਾਤ ਕਰਨ ਦਾ ਕੀ ਮੰਤਵ ਸੀ ਚੀਮਾ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਜਿਸ ਕਰਕੇ ਖੈਰਾ ਇਸ ਮਾਮਲੇ ਤੇ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀ ਆਲੇ ਵੀ ਖੈਰਾ ਨਾਲ ਗੁਪਤ ਮੀਟਿੰਗ ਹੋਣ ਤੋਂ ਇਨਕਾਰ ਨਹੀਂ ਕਰ ਰਿਹਾ ਨਾ ਹੀ ਖੈਰਾ ਨੇ ਗੁਪਤ ਮੀਟਿੰਗ ਦੀਆਂ ਖਬਰਾਂ ਨੂੰ ਰੱਦ ਕੀਤਾ ਹੈ ਦੱਸਣਯੋਗ ਹੈ ਕਿ ਚਰਚਾ ਚੱਲੀ ਸੀ ਕਿ ਸੁਖਪਾਲ ਖੈਰਾ ਨੇ ਬਠਿੰਡਾ ਰੈਲੀ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀ ਨਾਲ ਗੁਪਤ ਮੀਟਿੰਗ ਕੀਤੀ ਸੀ ਜਿਸ ਦੀ ਅਧਿਕਾਰਤ ਤੌਰ ਤੇ ਕਿਧਰੋਂ ਕੋਈ ਪੁਸ਼ਟੀ ਨਹੀਂ ਹੋਈ ਸੀ ਇੰਨਾ ਜ਼ਰੂਰ ਹੈ ਕਿ ਮਜੀਠੀਆ ਨੇ ਇਸ ਮੀਟਿੰਗ ਨੂੰ ਰੱਦ ਨਹੀਂ ਕੀਤਾ ਉਦੋਂ ਮਾਮਲਾ ਤੂਲ ਫੜ ਗਿਆ ਜਦੋਂ ਬਠਿੰਡਾ ਰੈਲੀ 'ਚ ਖੈਰਾਂ ਨੇ ਆਪਣੇ 50 ਮਿੰਟਾਂ ਦੇ ਭਾਸ਼ਣ 'ਚ ਮਜੀਠੀਆ ਦਾ ਨਾਮ ਇੱਕ ਵਾਰ ਵੀ ਪ੍ਰਮੁੱਖਤਾ ਨਾਲ ਨਹੀਂ ਲਿਆ ਖੈਰਾਂ ਨੇ ਰੈਲੀ ਵਿੱਚ ਸਿਰਫ ਇਹ ਨਾ ਆਖਿਆ ਕਿ ਜਦੋਂ ਉਹਨਾਂ ਨੇ ਮਜੀਠੀਆ ਦਾ ਕੇਸ ਸੀਬੀਆਈ ਨੂੰ ਦੇਣ ਲਈ ਆਖਿਆ ਸੀ ਤਾਂ ਉਦੋਂ ਮੁੱਖ ਮੰਤਰੀ ਨੇ ਟਾਲਮਟੋਲ ਕੀਤੀ ਜਦਕਿ ਬਹਿਬਲ ਗੋਲੀकांड ਦਾ ਮਾਮਲਾ ਫੌਰੀ ਸੀਬੀਆਈ ਨੂੰ ਦੇ ਦਿੱਤਾ ਵ੍ਰੋਦੀਟਰ ਦੇ ਨੇਤਾ ਹਰਪਾਲ ਚੀਮਾ ਦਾ ਆਖਣਾ ਹੈ ਕਿ ਮਜੀਠੀਆ ਮੁਲਾਕਾਤ ਨੂੰ ਲੈ ਕੇ ਪੰਜਾਬੀਆਂ ਦੇ ਮਨਾਂ 'ਚ ਸ਼ੰਕੇ ਉੱਠ ਰਹੇ ਐ ਖੈਰਾ ਨੂੰ ਇਸ ਮਾਮਲੇ ਤੇ ਸਪਸ਼ਟ ਕਰਨਾ ਚਾਹੀਦਾ ਹੈ ਉਹਨਾਂ ਆਖਿਆ ਕਿ ਬਠਿੰਡਾ ਰੈਲੀ ਲਈ ਮਜੀਠੀਆ ਨੇ ਮਦਦ ਕੀਤੀ ਹੋਣੀ ਐ ਤਾਂ ਹੀ ਉਹ ਖੈਰਾ ਦੇ ਪਾਸ਼ਣ 'ਚੋਂ ਮਜੀਠੀਆ ਗਾਇਬ ਸੀ ਚੀਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਵਰਕਰਾਂ ਦਾ ਮਨੋਬਲ ਡੇਗਣ ਲਈ ਬਠਿੰਡਾ ਰੈਲੀ ਇੱਕ ਸਾਜ਼ਿਸ਼ ਵਜੋਂ ਕੀਤੀ ਗਈ ਤੇ ਇਸ ਨੂੰ ਪੰਜਾਬ ਚਾਰ ਐਸਐਸ ਸੰਪੰਸਰ ਪਹਿਲੀ ਰੈਲੀ ਆਖਿਆ ਜਾ ਸਕਦਾ ਹੈ ਸੀਨੀਅਰ ਵਾਦ ਆਖਸੋਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਮਜੀਠੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੈ ਉਹਨਾਂ ਆਖਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਹਮੇਸ਼ਾ ਰਗੜੇ ਲਾਏ ਉਹਨਾਂ ਨਾਲ ਮੁਲਾਕਾਤ ਕਿਉਂ ਕਰਨਗੇ ਖੈਰਾ ਨੂੰ ਮਜੀਠਿਆ ਵੱਲੋਂ ਮੀਟਿੰਗ ਦੀ ਗੱਲ ਰੱਦ ਕਰਨ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਉਹ ਇਸ ਦੀ ਜ਼ਿੰਮੇਵਾਰੀ ਨਹੀਂ ਉਹਨਾਂ ਆਖਿਆ ਕਿ ਉਹਨਾਂ ਨੇ ਕਦੇ ਆਰਐਸਐਸ ਜੰਟ ਤੇ ਕਾਂਗਰਸ ਦਾ ਜੰਟ ਆ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਪਰੰਤੂ ਉਹ ਤਾਂ ਪੰਜਾਬ ਦਾ ਚੌਕੀਦਾਰ ਹੈ ਖੈਰਾ ਨੇ ਕਿਹਾ ਕਿ ਬਠਿੰਡਾ ਰੈਲੀ ਤੋਂ ਪਾਸੇ ਰਹਿਣ ਵਾਲੇ ਆਮ ਆਦਮੀ ਵਿਧਾਇਕਾਂ ਖਿਲਾਫ ਪੰਜਾਬ ਦੇ ਲੋਕ ਆਪ ਮੁਹਾਰੇ ਉੱਠ ਖੜੇ ਹੋਏ ਹਨ ਉਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਜਿਹੇ ਵਿਧਾਇਕਾਂ ਖਿਲਾਫ ਲੋਕ ਉਤਰੇ ਹਨ ਖੈਰਾ ਨੇ ਦਾਅਵਾ ਕੀਤਾ ਕਿ ਰੈਲੀ ਤੋਂ ਦੂਰ ਰਹਿਣ ਵਾਲੇ ਤਿੰਨ ਚਾਰ ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਚੱਲ ਰਹੇ ਨੇ ਅੱਜ ਜਨ ਪਹਿਲਾਂ ਕੁਝ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨ ਦੀ ਪਟਿਆਲਾ ਵਿੱਚ ਕੁੱਟਮਾਰ ਕੀਤੀ ਸੀ ਤੇ ਇਸ ਦੇ ਨਾਲ ਦਸਤਾਰਾਂ ਤੇ ਕੇਸਾਂ ਦੀ ਬੇਅਸਬੀ ਕੀਤੀ ਤੇ ਨੌਜਵਾਨ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਮਿਲਣ ਲਈ ਯੂਨਾਈਟਿਡ ਸਿੱਖ ਪਾਰਟੀ ਦੇ ਆਗੂਆਂ ਨੇ ਸਿੱਖ ਨੌਜਵਾਨ ਦਾ ਹਾਲਚਲ ਪੁੱਛਿਆ ਉਹਨਾਂ ਆਖਿਆ ਕਿ ਸਾਡੀ ਪਾਰਟੀ ਨੌਜਵਾਨ ਦੇ ਨਾਲ ਖੜੀ ਹੈ ਉਹਨਾਂ ਆਖਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਦੋਸ਼ੀਆਂ ਖਿਲਾਫ ਪੁਲਿਸ ਵਾਲਿਆਂ ਨੇ ਹਾਲੇ ਤੱਕ ਨਾ ਤਾਂ ਕੋਈ ਕੇਸ ਦਰਜ ਕੀਤਾ ਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਹੈ ਸਿੱਖ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਯੂਨਾਈਟਿਡ ਸਿੱਖ ਪਾਰਟੀ ਦਾ ਵਫਦ ਐਸਐਸਪੀ ਪਟਿਆਲਾ ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਨੌਜਵਾਨ ਨੂੰ ਇਨਸਾਫ ਮਿਲ ਸਕੇ ਇਸ ਮਾਮਲੇ ਤੇ ਸੁਣਵਾਈ ਕੱਲ ਸੁਪਰੀਮ ਕੋਰਟ ਵਿੱਚ ਹੋ ਸਕਦੀ ਹੈ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਦੋ ਗ੍ਰਿਫਤਾਰੀਆਂ ਹੋਈਆਂ ਇੱਕ ਥਾਣੇਦਾਰ ਨੂੰ ਵੀ ਮੋਤਲ ਕਰ ਦਿੱਤਾ ਗਿਆ ਸੀ ਹੁਣ ਇਸ ਮਾਮਲੇ ਨੂੰ ਰਾਜਸੀ ਰੰਗਤ ਵੀ ਮਿਲ ਰਹੀ ਹੈ ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜ਼ਖਮੀ ਲੜਕੇ ਨਾਲ ਗੱਲਬਾਤ ਕੀਤੀ ਤੇ ਬਾਗੀ ਧਿਰ ਦੇ ਲੀਡਰ ਸੁਖਪਾਲ ਖੈਰ ਨਾਲ ਵੀ ਮੁਲਾਕਾਤ ਕੀਤੀ ਹੈ ਖੈਰ ਨੇ ਇਸ ਮੁੱਦੇ ਨੂੰ ਕਾਨੂੰਨੀ ਵਿਵਸਥਾ ਦਾ ਫੇਲ ਹੋਣਾ ਦੱਸ ਤਰੀਦੇ ਜੱਦੀ ਜ਼ਿਲ੍ਹੇ ਵਿੱਚ ਅਜਿਹੀ ਘਟਨਾ ਹੋਣੀ ਬੇਹੱਦ ਸ਼ਰਮਨਾਕ ਹੈ ਪੀੜਤ ਦੀ ਮਾਂ ਨੇ ਆਖਿਆ ਕਿ ਉਹਨਾਂ ਦੇ ਪੁੱਤਰ ਆਪਣੇ ਦੋਸਤਾਂ ਨਾਲ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਪੁਲਿਸ ਵੱਲੋਂ ਉਸ ਦਾ ਚਲਾਨ ਕੱਟ ਦਿੱਤਾ ਗਿਆ ਜਦੋਂ ਉਸ ਕੋਲ ਕਾਗਜ਼ ਪੂਰੇ ਸੰਤਾ ਪੁਲਿਸ ਕਰਮਚਾਰੀ ਨੇ ਨਸ਼ਾ ਕੀਤੇ ਹੋਣ ਨੂੰ ਲੈ ਕੇ ਬਹਿਸ ਕੀਤੀ ਉਹਨਾਂ ਮੰਗ ਕੀਤੀ ਸੀ ਕਿ ਨਾਕੇ ਤੇ ਤਾਇਨਾਤ ਤਿੰਨਾਂ ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਜਾਵੇ ਉਹਨਾਂ ਦੱਸਿਆ ਕਿ ਉਹਨਾਂ ਦੇ ਬੇਟੇ ਦਾ ਇਲਾਜ ਵੀ ਸਹੀ ਨਹੀਂ ਹੋ ਰਿਹਾ ਤੇ ਨਾ ਕੋਈ ਵੱਡਾ ਪੁਲਿਸ ਅਧਿਕਾਰੀ ਹਾਲੇ ਤੱਕ ਬਿਆਨ ਲੈਣ ਪਹੁੰਚੇ ਉਹਨਾਂ ਆਖੇ ਕਿ ਇਨਸਾਫ ਲਈ ਉਹ ਅਦਾਲਤ ਤੱਕ ਪਹੁੰਚ ਕਰਨਗੇ ਇਹ ਮ ਕਾਰਵਾਈ ਕਰਦੇ ਆ ਥਾਣਾ ਸਨੌਰ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰਕੇ ਲਾਈਨ હાજર ਕਰ ਦਿੱਤਾ ਸੀ ਉਹਨਾਂ ਨੇ ਤੁਰਤ ਨੋਟਿਸ ਲਿਆਸੀ ਤੇ ਐਸਐਸਪੀ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਮਾਮਲਾ ਜਨਤਕ ਥਾਂ ਤੇ ਦੁਰਵਿਵਹਾਰ ਦੇ ਹੁਣ ਕਰਕੇ ਉਹਨਾਂ ਦੇ ਹਸਲ ਕਰਨ ਦਾ ਪਤਾ ਲਾਉਣ ਲਈ ਜੁਡੀਸ਼ੀਅਲੀ ਜਾਂਚ ਕਰਾਉਣੀ ਉਚਿਤ ਹੋਏਗੀ ਆਂ ਸਦੀ ਇੱਕ ਅਦਾਲਤ ਨੇ ਜਬਰਜਨਾ ਦੇ ਦੋਸ਼ ਵਜੋਂ ਸਕੇ ਮਸੜ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਸੁਣਾਇਆ ਹਰਿਆਣਾ ਸੂਬਾ ਦੇ ਇੱਕ ਪਿੰਡ ਵਿੱਚ ਆਪਣੀ ਮਾਸੀ ਕੋਲ ਬੋਟਲਾਡਾ ਵਿਖੇ ਆਈ ਬੱਚੀ ਨਾਲ ਉਸਦੇ ਮਾਸੜ ਨੇ ਜਬਰਜਨਾ ਕੀਤਾ ਸੀ ਉਸ ਦੇ ਖਿਲਾਫ ਧਾਰਾ 376 ਦੀਨ ਮੁਕੱਦਮਾ ਦਰਜ ਕੀਤਾ ਗਿਆ ਸੁਣਵਾਈ ਦੇ ਚੱਲਦਿਆਂ ਬੀਤੇ ਕੱਲ ਦੋਸ਼ਤ ਹੈ ਹੁਣ ਤੋਂ ਬਾਅਦ ਜਸਪਾਲ ਵਰਮਨ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਨੇਤਾ ਦਿਆਲ ਸਿੰਘ ਕੋਲਿਆਵਾਲੀ ਦੀ ਗ੍ਰਿਫਤਾਰੀ ਤੇ 7 ਅਗਸਤ ਤੱਕ ਰੋਕ ਲਾ ਦਿੱਤੀ ਜਿਸ ਵਿੱਚ ਕੋਲਿਆਵਾਲੀ ਨੂੰ ਹੁਣ 13 ਦਸੰਬਰ ਤੱਕ ਹੋਰ ਰਾਹਤ ਮਿਲ ਗਈ ਹੈ ਪੰਜਾਬ ਮੰਦਰ ਨਸ਼ਾ ਕਰਕੇ ਹੋ ਰਹੀਆਂ ਮੌਤਾਂ ਤੋਂ ਹਰ ਵਰਗੇ ਚਿੰਤਿਤ ਹੈ ਕੁਝ ਲੋਕ ਇਸ ਨੂੰ ਬੇਰਜਗਾਰੀ ਨਾਲ ਜੋੜਦੇ ਆ ਤੇ ਕੁਝ ਲੋਕ ਇਸ ਨੂੰ ਪਾਕਿਸਤਾਨ ਦੀ ਸਾਜ਼ਿਸ਼ ਦੱਸ ਰਹੇ ਨੇ ਬੁੱਧੀਜੀਵੀ ਵਰਗ ਨੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਯੋਗ ਰਸਤਾ ਦਿਖਾਈ ਦਿੰਦਾ ਹੈ ਹਰਣਾ ਗੁਰਮੀਤ ਸਿੰਘ ਸੋਢੀ ਕੇਂਦਰੀ ਮੰਤਰੀ ਦੀ ਹਾਜ਼ਰੀ ਵਿੱਚ ਲੋਕਾਂ ਨੇ ਮੰਗ ਕੀਤੀ ਕਿ ਗਵਾਂਡੀ ਸੂਬੇ ਵਿੱਚ ਅਫੀਮ ਅਤੇ ਪੋਸਟ ਦਾ ਕਵਾਂਟਲਾ ਸੂਬਿਆਂ ਵਿੱਚ ਇਹ ਹਫੀਮਤ ਤੇ ਪੋਸਤ ਰੇੜੀਆਂ ਉੱਪਰ ਵਿਖਦਾ ਜੇਕਰ ਪੰਜਾਬ ਅੰਦਰ ਕੋਈ ਵਿਅਕਤੀ ਇਸ ਨਾਲ ਫੜਿਆ ਜਾਂਦਾ ਹੈ ਤੇ ਇਸ ਨੂੰ 10 ਸਾਲ ਕੈਦ ਦੀ ਸਜ਼ਾ ਹੁੰਦੀ ਹੈ। ਉਹਨਾਂ ਮੰਗ ਕੀਤੀ ਕਿ ਰਾਜਸੀ ਤੌਰ ਤੇ ਇਸ ਚੀਜ਼ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹਨਾਂ ਸੂਬਿਆਂ ਵਿੱਚ ਹਫੀਮ ਦੀ ਖੇਤੀ ਬੰਦ ਹੋਵੇ ਜਾਂ ਫਿਰ ਪੰਜਾਬ ਵਿੱਚ ਵੀ ਇਸ ਖੇਤੀ ਨੂੰ ਕਰਨ ਦੀ ਆਗਿਆ ਮਿਲੇ। ਉਹਨਾਂ ਅਖੇ ਕਿ ਰਿਪੋਰਟ ਅਨੁਸਾਰ ਹਰ ਰੋਜ਼ ਭਾਰਤ ਵਿੱਚ 2000 ਕਰੋੜ ਰੁਪਏ ਦੇ ਨਸ਼ੇ ਦਾ ਤੰਦਾ ਹੁੰਦਾ ਹੈ। ਨਾਲ ਹੀ ਇਹ ਗੱਲ ਕਹੀ ਕਿ ਨਸ਼ੇ ਦੇ ਦੋਸ਼ ਵਿੱਚ ਫੜੇ ਗਏ ਨਸ਼ੇ ਦੇ ਸੌਦਾਗਰਾਂ ਦੇ ਨਾਮ ਹੀ ਪੁਲਿਸ ਅਫਸਰ ਸਹਾਇਤਾ ਕਰਨ ਤੇ ਨਾ ਹੀ ਕੋਈ ਰਾਜਸੀ ਵਿਅਕਤੀ ਉਹਨਾਂ ਦਾ ਸਾਥ ਨਾਲ ਕੀਤੀ ਜਾ ਰਹੀ ਮੰਗ ਨੂੰ ਨਸ਼ਰ ਕਰਦੇ ਆਖਿਆ ਕਿ ਪੰਜਾਬ ਵਿੱਚ ਹਫੀਮ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਿੰਥੈਟਿਕ ਨਸ਼ਿਆਂ ਨਾਲ ਹਰ ਰੋਜ਼ ਮਰ ਰਹੇ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਸੇ ਦਰਾਂ ਨਸ਼ਿਆਂ ਦੀ ਨਾਮਰਾਜ਼ ਬਿਮਾਰੀ ਚੱਲਣ ਲਈ ਲੋਕਾਂ ਵਾਲੀਆਂ ਮਹਿਮਦ ਰਾਨ ਕਾਲਜੀ ਵਿਦਿਆਰਥੀਆਂ ਨੇ ਆਖਿਆ ਕਿ ਨਸ਼ਿਆਂ ਕਰਕੇ ਹੋ ਰਹੇ ਪਰਿਵਾਰਾਂ ਦੇ ਘਾਣੇ ਤੇ ਮਾਰੇ ਜਾ ਰਹੇ ਪਰਿਵਾਰਾਂ ਦਾ ਕੋਈ ਹਾਲ ਨਹੀਂ ਕੇਂਦਰ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਪੂਰੇ ਦੇਸ਼ ਵਿੱਚ 86 ਨਵੇਂ ਮੈਡੀਕਲ ਕਾਲਜ ਖੋਲਣ ਦੀ ਅਗਿਆ ਦਿੱਤੀ। ਦੇਸ਼ ਦੇ ਲਗਭਗ 20 ਸੂਬਿਆਂ ਨੂੰ ਲਾਭ ਮਿਲਿਆ। ਪੰਜਾਬ ਤੇ ਇਸ ਵੱਲੀ ਨਜ਼ਰ ਨਹੀਂ ਮਾਰ ਸਕੇ। ਪਿਛਲੇ 3 ਸਾਲਾਂ ਦੌਰਾਨ ਸਭ ਤੋਂ ਵੱਧ ਮੈਡੀਕਲ ਕਾਲਜ ਖੋਲਣ ਦੀ ਅਗਿਆ ਯੂਪੀ ਸਰਕਾਰ ਨੂੰ ਮਿਲੀ ਹੈ। ਪੰਜਾਬ ਤੋਂ ਇਲਾਵਾ ਅਸਾਮ, ਬਿਹਾਰ, ਜੰਮੂ ਕਸ਼ਮੀਰ, ਝਾਰਖੰਡ, ਸਿੱਕਮ, ਮਹਾਰਿਆ, ਨਾਗਾਲੈਂਡ, ਤ੍ਰੇਪੁਰਾ ਤੇ ਪੁੱਡੂਚਰੀ ਤੇ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪੈ ਸਕੀ। ਭਾਰਤੀ ਜਨਤਾ ਪਾਰਟੀ ਵਿੱਚ ਔਰਤਾਂ ਦੀ ਅਣਦੇਖੀ ਕੀਤੇ ਜਾਣ ਸੰਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਤੇ ਵਰਦੇ ਆ ਕੇਂਦਰੀ ਮੰਤਰੀ ਹੀਰਾਨੀ ਨੇ ਆਖਿਆ ਕਿ ਭਾਰਤ ਦੀ ਰੱਖਿਆ ਮੰਤਰੀ ਔਰਤ ਹੈ ਵਿਦੇਸ਼ ਮੰਤਰੀ ਔਰਤ ਹੈ ਲੋਕ ਸਭਾ ਸਪੀਕਰ ਵੀ ਔਰਤ ਹੈ ਉਹਨਾਂ ਆਖੇ ਕਿ ਔਰਤਾਂ ਦਾ ਸਿਰਫ ਇਸ ਲਈ ਅਪਮਾਨ ਕਰਨਾ ਕਿਉਂਕਿ ਉਹ ਭਾਜਪਾ ਤਿਆਰ ਐਸਐਸ ਨਾਲ ਜੁੜੀਆਂ ਹੈ ਇਹ ਦਿਖਾਉਂਦਾ ਹੈ ਕਿ ਰਾਹੁਲ ਗਾਂਧੀ ਕਿਸ ਪੱਧਰ ਤੱਕ ਡਿੱਗ ਪਏ ਨੇ ਉਧਰ ਡੀਐਮਕੇ ਦੇ ਪ੍ਰਧਾਨ ਕਰਨ ਨਿਧੀ ਦਾ ਦੇਹਾਂਤ ਹੋ ਗਿਆ ਹੈ ਇਹ ਜਾਣਕਾਰੀ ਕਵੇਰੀ ਹਸਲ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ ਪਾਕਿਸਤਾਨ 'ਚ 14 ਅਗਸਤ ਨੂੰ ਬਣਨ ਜਾ ਰਹੀ ਇਮਰਾਨ ਖਾਨ ਸਰਕਾਰ 'ਚ ਕੌਣ ਕੌਣ ਮੰਤਰੀ ਬਣੇਗਾ? ਮੀਡੀਆ ਦੱਸਦਾ ਹੈ। ਪਾਕਿਸਤਾਨੀ ਰਿਪੋਰਟਾਂ ਅਨੁਸਾਰ ਪੀਟੀਆਈ ਦੇ ਮੀਤ ਪ੍ਰਧਾਨ ਸ਼ਾਹ ਮੁਹੰਮਦ ਕਰੈਸ਼ੀ ਨੂੰ ਵਿਦੇਸ਼ ਮੰਤਰੀ ਥਾਪਿਆ ਜਾ ਰਿਹਾ ਹੈ। ਕਰੈਸ਼ੀ ਨੂੰ ਚੋਣਾਂ ਤੋਂ ਪਹਿਲਾਂ ਸੂਬਾ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਵਜੋਂ ਉਭਾਰਿਆ ਗਿਆ ਸੀ ਪਰ ریاਸਤੀ ਅਸੈਂਬਲੀ ਦੀ ਚੋਣ ਹਾਰ ਜਾਣ ਕਾਰਨ ਉਸ ਨੂੰ ਮੁੱਖ ਮੰਤਰੀ ਬਣਾਉਣਾ ਹੁਣ ਸੰਭਵ ਨਹੀਂ। ਉੰਜ ਉਹ ਪਹਿਲਾਂ ਪੀਪੀਪੀ ਦੀ ਗਵਾਈ ਵਾਲੀ ਸਰਕਾਰ ਚ ਵਿਦੇਸ਼ ਮੰਤਰੀ ਰਹਿ ਚੁੱਕਾ ਹੈ ਉੰਜ ਕਰੈਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਜ਼ਿਮਨੀ ਚੋਣ ਲੜ ਕੇ ਮੁੱਖ ਮੰਤਰੀ ਬਣਨਾ ਜ਼ਿਆਦਾ ਚਾਹਵਾਨ ਹੈ ਉਸ ਦੀ ਇਹ ਇੱਛਾ ਪੂਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਹ ਇਮਰਾਨ ਖਾਨ ਉੱਤੇ ਨਿਰਭਰ ਕਰਦਾ ਹੈ ਜਿਨ੍ਹਾਂ ਹੋਰਨਾਂ ਨੂੰ ਮੰਤਰੀ ਬਣਾਇਆ ਜਾਣਾ ਯਕੀਨੀ ਜਾਪਦਾ ਉਹਨਾਂ ਚ ਆਲੀਮ ਖਾਨ ਵਫਾਦ ਚੌਧਰੀ ਮੀਆਂ ਮਹਿਮੂਦ ਰਸ਼ੀਦ ਤੇ ਡਾਕਟਰ ਯਾਸਮੀਨ ਰਸ਼ੀਦ ਸ਼ਾਮਲ ਨੇ ਵਫਾਦ ਚੌਧਰੀ ਨੂੰ ਸੂਚਨਾ ਤੇ ਪ੍ਰਸਾਰਣ ਮੰਤਰੀ ਬਣਾਉਣ ਦੀ ਚਰਚਾ ਹੈ ਉਂਜ ਇਹ ਵੀ ਕਿਹਾ ਜਾਂਦਾ ਹੈ ਕਿ ਵਫਾਦ ਚੌਧਰੀ ਭਾਵੇਂ ਪਾਕਿਸਤਾਨ ਤਹਿਰੀਕਨ ਸਭ ਦਾ ਕੌਮੀ ਤਰਜਮਾਨ ਹੈ ਫਿਰ ਵੀ ਇਮਰਾਨ ਖਾਨ ਉਸ ਤੋਂ ਉੱਪਰ ਬਹੁਤਾ ਯਕੀਨ ਨਹੀਂ ਕਰਦਾ ਵਫਾਦ ਨੇ ਅਤੀਤ ਵਿੱਚ ਕਈ ਪਾਰਟੀਆਂ ਬਦਲੀਆਂ ਉਸ ਤੇ ਸਸਤੀ ਤੋਂ ਇਮਰਾਨ ਵੱਧ ਚੌਕਸ ਹੈ ਮੰਤਰੀ ਵਜੋਂ ਇੱਕ ਹੋਰ ਨਾਮ ਡਾਕਟਰ ਅਸਦ ਉਮਰ ਦਾ ਸામਨੇ ਆਉਂਦਾ ਹੈ ਉਹ ਖਜ਼ਾਨਾ ਮੰਤਰੀ ਬਣਨਾ ਲੋਚਦਾ ਹੈ ਡਾਕਟਰ ਸ਼ਰੀਨ ਮਜ਼ਾਰੀ ਦਾ ਡਾਕਟਰ ਫਲਵੀ ਤੇ ਸ਼ਫਕਤ ਮਹਿਬੂਦ ਦੇ ਨਾਂ ਵੀ ਪੂਰੀ ਚਰਚਾ ਚੱਲ ਰਹੀ ਹੈ ਉਂਝ ਡਾਕਟਰ ਹਲਵੀ ਨੂੰ ਸਪੀਕਰ ਦੇ ਅਹੁਦੇ ਲਈ ਵੀ ਵਿਚਾਰਿਆ ਜਾ ਰਿਹਾ ਹੈ ਇੰਡੋਨੇਸ਼ੀਆ 'ਚ ਆਏ ਭਾਰੀ ਭਿਆਨਕ ਉਪਚਾਲ 'ਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਭਾਰਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ 82 ਤੋਂ ਵੱਧ ਲੋਕਾਂ ਦੀ ਮੌਤਾਂ ਹੋਈਆਂ ਨੇ ਔਰ ਕਈ ਲੋਕ ਜ਼ਖਮੀ ਨੇ ਭਾਰਤ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਅੱਜ ਭਾਰਤੀ ਸੁਪਰੀਮ ਕੋਰਟ ਨੇ ਚਰਚ ਸਕੈਂਡਲ ਪਤੀ ਹੋਰ ਸਖਤੀ ਵਰਤੀ ਹੈ ਪਾਦਰੀਆਂ ਨੂੰ ਆਤਮ ਸਮਰਪਣ ਕਰਨ ਵਾਸਤੇ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਕੇਰਲ ਚ ਵਾਪਰੇ ਸੈਕਸ ਸਕੈਂਡਲ ਦੋ ਪਾਦਰੀਆਂ ਕਾਰਨ ਕੇਰਲ ਦੇ ਵਿੱਚ ਕਾਫੀ ਨਮੋਸ਼ੀ ਸ਼ਾਨੀ ਪਈ ਹੈ ਓੰਜੇ ਅਦਾਲਤ ਨੇ ਪਾਦਰੀਆਂ ਨੂੰ ਜ਼ਮਾਨਤ ਦੇਣ ਤੋਂ ਵੀ ਕੋਰੀ ਨਾ ਕਰ ਦਿੱਤੀ ਹੈ ਉੱਤਰ ਪ੍ਰਦੇਸ਼ ਦੇ ਦੇਵਰੇਆ ਜ਼ਿਲ੍ਹੇ ਦੇ ਸ਼ੈਲਟਰ ਹੋਮ 'ਚ 24 ਕੁੜੀਆਂ ਛਡਾਲੀਆਂ ਗਈਆਂ 18 ਕੁੜੀਆਂ ਲਾਪਤਾ ਦੱਸੀਆਂ ਗਈਆਂ ਪੁਲਿਸ ਨੇ ਸ਼ੈਲਟਰ ਹੋਮ ਚੈੱਕ ਆਊਟ ਜੋ ਹੋਮ ਦਾ ਸੰਚਾਲਨ ਕਰਦੀ ਸੀ ਤੇ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮੌਸਮ ਦੀ ਗੱਲ ਕਰੀਏ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੇ ਕਈ ਖੇਤਿਆਂ 'ਚ ਭਰਮੀ بارش ਹੋਈ ਹੈ ਅੱਜ ਬੱਦਲਵਾਈ ਜ਼ਿਆਦਾ ਰਹੀ ਪੰਜਾਬ 'ਚ ਵਿੱਚੋਂ-ਵਿੱਚ ਧੁੱਪ ਵੀ ਨਿਕਲੀ ਮੀਂਹ ਰੁਕ-ਰੁਕ ਕੇ ਕਈ ਥਾਈਂ ਪਿਆ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਆਵਾਜਾਈ ਠੱਪੀ ਗਈ ਕਈ ਥਾਈਂ 10 ਅਗਸਤ ਤੱਕ ਹਿਮਾਚਲ 'ਚ ਸਕੂਲ ਬੰਦ ਕਰ ਦਿੱਤੇ ਗਏ ਅਜਿਹੇ ਇਲਾਕਿਆਂ ਵਿੱਚ ਹਾੜਾਂ ਵਰਗੇ ਹਾਲਾਤ ਬਣ ਜਾਣ ਦੀਆਂ ਖਬਰਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ